ਹੈਲੋ ਐਵਰੀਵਨ, ਤਾਂ ਸਵਾਗਤ ਤੁਹਾਡਾ ਸਾਰਿਆਂ ਦਾ ਪੰਜਾਬ ਦੇ ਨੰਬਰ 1 ਔਨਲਾਈਨ ਇੰਜੀਨੀਅਰਿੰਗ ਪਲੇਟਫਾਰਮ ਦੇ ਵਿੱਚ। ਤਾਂ PSTCL ਦੇ ਵਿੱਚ ਜੂਨੀਅਰ ਇੰਜੀਨੀਅਰ ਸਬਸਟੇਸ਼ਨ ਦੀਆਂ ਇਲੈਕਟ੍ਰੀਕਲ ਦੀਆਂ ਵੈਕੈਂਸੀਜ਼, AE ਇਲੈਕਟ੍ਰੀਕਲ ਅਤੇ ਸਿਵਲ ਦੀਆਂ ਵੈਕੈਂਸੀਜ਼ ਦੇ ਨਾਲ ਹੀ ਹੋਰ ਬਹੁਤ ਸਾਰੀਆਂ ਟੈਕਨੀਕਲ ਨੋਨ ਟੈਕਨੀਕਲ ਵੈਕੈਂਸੀਜ਼, ਬੰਪਰ ਰਿਕਰੂਟਮੈਂਟ ਆਈ ਹੈ, ਸਾਰਾ ਕੁਛ ਤੁਹਾਨੂੰ ਪਤਾ ਚੱਲੇਗਾ ਇਸ ਵੀਡੀਓ ਦੇ ਵਿੱਚ। JE ਦੇ ਵਿੱਚ ਡਿਪਲੋਮਾ ਡਿਗਰੀ ਦੋਨੋਂ ਐਲੀਜੀਬਲ ਹਨ ਜਾਂ ਸਿਰਫ ਡਿਪਲੋਮਾ, ਸਭ ਕੁਛ ਤੁਹਾਨੂੰ ਇਸ ਵੀਡੀਓ ਦੇ ਵਿੱਚ ਪਤਾ ਚੱਲੇਗਾ। ਬਸ ਬਣੇ ਰਹੋ ਸਾਡੇ ਨਾਲ, ਉਸ ਤੋਂ ਪਹਿਲਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਬੈਲ ਆਈਕਨ ਜ਼ਰੂਰ ਦਬਾ ਦਿਓ। ਇਸ ਦੇ ਨਾਲ ਹੀ ਸਾਡਾ ਪੰਜਾਬ PPSC JE ਕੰਪ੍ਰੀਹੈਂਸਿਵ ਲਾਈਵ ਬੈਚ ਬਿਲਕੁਲ ਵੀ ਮਿਸ ਨਾ ਕਰਨਾ, ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈ। ਮਕੈਨੀਕਲ ਦੇ ਲਈ ਵੀ ਅਤੇ ਸਿਵਲ ਦੇ ਲਈ ਵੀ ਅਤੇ ਇਲੈਕਟ੍ਰੀਕਲ ਦੇ ਲਈ ਵੀ PSPCL, PSTCL ਅਤੇ PPSC JE SDO ਦਾ ਪੈਕ ਜਿਹੜਾ ਉਹ ਅਸੀਂ ਲਾਂਚ ਕਰ ਦਿੱਤਾ ਹੈ। ਅਤੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਬਹੁਤ ਹੀ ਜ਼ਿਆਦਾ ਹਾਈ ਡਿਮਾਂਡ ਸੀ ਇਸ ਲਾਈਵ ਬੈਚ ਦੀ। ਪੰਜਾਬ ਦੇ ਵਿੱਚ ਹਾਲੇ ਤੱਕ ਕਿਸੇ ਵੀ ਹੋਰ ਇੰਸਟੀਟਿਊਟ ਨੇ ਇਸ ਲੈਵਲ ਦਾ ਵਧੀਆ ਲਾਈਵ ਬੈਚ, ਜਿਹਦੇ ਵਿੱਚ ਲਾਈਵ ਟੈਸਟ ਵੀ ਹੋ ਰਹੇ ਹੋਣਗੇ, ਟੈਸਟ ਨਾਲ ਫੁੱਲ ਟੈਸਟ ਸੀਰੀਜ਼ ਨਾਲ ਪ੍ਰਿਪਰੇਸ਼ਨ ਤੁਹਾਡੀ ਹੋਏਗੀ A to Z। ਐਸਾ ਬੈਚ ਨਹੀਂ ਸੀ, ਇਸ ਕਰਕੇ CIZ+ ਨੇ ਇਨੀਸ਼ੀਏਟਿਵ ਲਿਆ ਅਤੇ ਇਹ ਜਿਹੜਾ ਲਾਈਵ ਬੈਚ ਹੈ ਉਹ ਲਾਂਚ ਕਰ ਦਿੱਤਾ। ਤੁਹਾਨੂੰ ਉਦਾਹਰਣ ਦੇ ਤੌਰ 'ਤੇ ਮਕੈਨੀਕਲ ਦਾ ਅਸੀਂ ਜੇ ਦਿਖਾਈਏ ਤਾਂ 6,999 ਰੁਪਏ ਦਾ ਪ੍ਰਾਈਸ ਹੈ, 10% ਐਕਸਟਰਾ ਔਫ ਮਿਲ ਜਾਏਗਾ ਕੂਪਨ ਕੋਡ ਇਸਤੇਮਾਲ ਕਰਨ 'ਤੇ। ਕੂਪਨ ਕੋਡ ਤੁਹਾਨੂੰ ਪੇਮੈਂਟ ਪੇਜ 'ਤੇ ਮਿਲ ਜਾਏਗਾ। ਇਹਦੇ ਵਿੱਚ ਤੁਹਾਨੂੰ ਹਫ਼ਤੇ ਦੇ ਵਿੱਚ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਲਾਈਵ ਕਲਾਸਿਸ ਲੱਗਣਗੀਆਂ 2-2 ਘੰਟੇ ਦੀਆਂ, ਅਤੇ ਇਸ ਤੋਂ ਬਾਅਦ ਹਰ ਸੰਡੇ ਟੈਸਟ ਵੀ ਹੋਏ ਕਰੇਗਾ। ਇਸ ਤੋਂ ਇਲਾਵਾ 200 ਤੋਂ ਵੱਧ ਟੈਸਟ ਸੀਰੀਜ਼ ਵਾਲਾ ਤੁਹਾਨੂੰ ਫ੍ਰੀ ਟੈਸਟ ਸੀਰੀਜ਼ ਤੁਹਾਨੂੰ ਮਿਲੇਗੀ। ਅਤੇ ਇਸ ਦੇ ਨਾਲ ਹੀ ਸਿਵਲ ਇੰਜੀਨੀਅਰਿੰਗ ਅਤੇ ਇਲੈਕਟ੍ਰੀਕਲ ਦੇ ਲਈ ਵੀ ਅਸੀਂ ਲਾਈਵ ਬੈਚਿਸ ਸ਼ੁਰੂ ਕਰ ਦਿੱਤੇ ਹੈ, ਜਾ ਕੇ ਹੁਣੇ ਹੀ ਜੁਆਇਨ ਕਰ ਲਓ। ਸਿਵਲ ਇੰਜੀਨੀਅਰਿੰਗ ਦਾ ਵੀ ਤੁਸੀਂ ਦੇਖ ਪਾ ਰਹੇ ਹੋ, A to Z ਪ੍ਰਿਪਰੇਸ਼ਨ ਕਰਵਾਈ ਜਾਏਗੀ ਸੋਮਵਾਰ ਤੋਂ ਸ਼ੁੱਕਰਵਾਰ, ਅਤੇ ਸੰਡੇ ਨੂੰ ਟੈਸਟ ਲਾਈਵ ਕੋਰਸ, ਬਲੋਕਬਸਟਰ ਕੋਰਸ, ਹੁਣੇ ਜਾ ਕੇ ਚੈੱਕ ਕਰੋ, ਲਿੰਕ ਡਿਸਕ੍ਰਿਪਸ਼ਨ ਵਿੱਚ ਹੈ। ਤਾਂ ਹੁਣ ਚੱਲਦੇ ਹਾਂ ਆਪਾਂ ਡਿਟੇਲਡ ਐਡਵਰਟੀਜ਼ਮੈਂਟ ਦੇ ਉੱਪਰ। ਤਾਂ PSTCL ਦੇ ਵਿੱਚ ਬੰਪਰ ਵੈਕੈਂਸੀਜ਼ ਆਈਆਂ ਹੈ, AE ਦੀਆਂ, JE ਦੀਆਂ ਅਤੇ ਹੋਰ ਬਹੁਤ ਸਾਰੀਆਂ LDC ਵਗੈਰਾ। ਤਾਂ ਆਓ ਜਾਣ ਲੈਂਦੇ ਹਾਂ। ਸਭ ਤੋਂ ਪਹਿਲਾਂ ਇੰਪੋਰਟੈਂਟ ਡੇਟਸ ਦੀ ਗੱਲ ਕਰ ਲਈਏ ਤਾਂ 26 ਅਪ੍ਰੈਲ 2021 ਤੋਂ ਲੈ ਕੇ, ਯਾਨੀ ਕਿ ਕੱਲ੍ਹ ਤੋਂ ਲੈ ਕੇ 17 ਮਈ 2021 ਤੱਕ ਤੁਸੀਂ ਇਹ ਫੋਰਮ ਫਿਲ ਕਰ ਸਕਦੇ ਹੋ। ਅਤੇ ਨਾਲ ਹੀ ਬੈਂਕ ਦੀ ਲਾਸਟ ਡੇਟ ਜਿਹੜੀ ਹੈ ਫੀਸ ਭਰਨ ਦੀ ਉਹ 19 ਮਈ 2021 ਰੱਖੀ ਗਈ ਹੈ। ਅਤੇ ਓਫਿਸ਼ੀਅਲ ਵੈਬਸਾਈਟ ਤੁਹਾਨੂੰ PSTCL ਦੀ ਪਤਾ ਹੀ ਹੈ, www.pstcl.org। ਇੱਥੇ ਹੀ ਤੁਸੀਂ ਆਪਣੀ ਜਿਹੜੀ ਐਡਵਰਟੀਜ਼ਮੈਂਟ ਹੈ ਉਹ ਚੈੱਕ ਵੀ ਕਰ ਸਕਦੇ ਹੋ ਅਤੇ ਫੋਰਮ ਜਿਹੜਾ ਉਹ ਫਿਲ ਕਰ ਵੀ ਸਕਦੇ ਹੋ। ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਸਿੱਧਾ ਰਿਕਰੂਟਮੈਂਟ ਦੇ ਉੱਪਰ, ਵੈਕੈਂਸੀਜ਼ ਦੇ ਉੱਪਰ। ਤਾਂ ਅਸਿਸਟੈਂਟ ਇੰਜੀਨੀਅਰ OT ਇਲੈਕਟ੍ਰੀਕਲ ਦੀਆਂ ਵੈਕੈਂਸੀਜ਼ ਇੱਥੇ ਆਈਆਂ, 43 ਵੈਕੈਂਸੀਜ਼ ਆਈਆਂ ਹੈ, ਬਹੁਤ ਜ਼ਿਆਦਾ ਹੁੰਦੀਆਂ 43 ਇਲੈਕਟ੍ਰੀਕਲ ਦੀਆਂ, AE OT। ਇਸ ਤੋਂ ਬਾਅਦ ਜੇ ਆਪਾਂ ਪ੍ਰੋਫੈਸ਼ਨਲ ਕੁਆਲੀਫਿਕੇਸ਼ਨ ਦੀ ਗੱਲ ਕਰ ਲਈਏ ਤਾਂ BE, BTEC ਜਾਂ BSc ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਰਿਕੁਆਇਰਡ ਹੈ, ਜਾਂ ਫਿਰ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਇੰਜੀਨੀਅਰਿੰਗ 60% ਦੇ ਵਿੱਚ ਤੁਹਾਡੀ ਹੋਣੀ ਚਾਹੀਦੀ ਹੈ, ਜਾਂ ਫਿਰ ਇਕੁਇਵਲੈਂਟ ਡਿਗਰੀ ਤੁਹਾਡੇ ਕੋਲ AICTE ਦੀ ਅਪਰੂਵਡ ਰਿਕੋਗਨਾਈਜ਼ਡ ਹੋਣੀ ਚਾਹੀਦੀ ਹੈ, ਜਾਂ AMIE ਵਿਦ 60% ਮਾਰਕਸ ਜਿਹੜੇ ਹੈ ਉਹ ਵੀ ਤੁਹਾਡੇ ਕੋਲ ਜੇ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਅਤੇ ਪੇ ਸਕੇਲ ਦੀ ਗੱਲ ਕਰ ਲਈਏ ਤਾਂ 7th ਪੇ ਸਕੇਲ ਜਿਹੜਾ ਨਵਾਂ ਆਇਆ ਹੈ 17 ਜੁਲਾਈ 2020 ਤੋਂ ਐਪਲੀਕੇਬਲ ਹੋਇਆ ਹੈ ਪੰਜਾਬ ਦੇ ਵਿੱਚ, ਉਹ ਪੇ ਸਕੇਲ ਤੁਹਾਨੂੰ ਲੱਗੇਗਾ। ਅਤੇ ਇਸ ਤੋਂ ਬਾਅਦ ਜੇ ਆਪਾਂ ਗੱਲ ਕਰ ਲਈਏ ਅਸਿਸਟੈਂਟ ਇੰਜੀਨੀਅਰ OT ਸਿਵਲ ਦੀ, ਤਾਂ ਅਸਿਸਟੈਂਟ ਇੰਜੀਨੀਅਰ OT ਸਿਵਲ ਦੇ ਵਿੱਚ ਵੀ ਤੁਹਾਨੂੰ ਇੱਥੇ BTEC, BE, BSc ਸਿਵਲ ਇੰਜੀਨੀਅਰਿੰਗ ਦੇ ਵਿੱਚ ਚਾਹੀਦੀ ਹੈ 60% ਮਾਰਕਸ ਦੇ ਨਾਲ, ਨਾਲ ਹੀ ਸਾਰੀਆਂ ਬਾਕੀ ਵੀ ਸੇਮ ਹੈ, AMIE ਵੀ ਤੁਹਾਡੀ ਹੋ ਸਕਦੀ ਹੈ, ਪੇ ਸਕੇਲ ਵੀ ਸੇਮ 7th ਵਾਲਾ ਲੱਗੇਗਾ। ਇਸ ਤੋਂ ਬਾਅਦ ਅਕਾਊਂਟ ਆਫਿਸਰ ਦੀਆਂ 7 ਵੈਕੈਂਸੀਜ਼ ਆਈਆਂ, ਅਤੇ ਇਹਦੇ ਵਿੱਚ CA ਜਾਂ CWA ਜਾਂ CMA ਤੁਹਾਡਾ ਹੋਣਾ ਚਾਹੀਦਾ ਹੈ, ਅਤੇ ਪੇ ਸਕੇਲ ਸੇਮ ਹੈ। ਇਸ ਤੋਂ ਬਾਅਦ ਅਸਿਸਟੈਂਟ ਮੈਨੇਜਰ HR ਦੀ ਗੱਲ ਕਰ ਲਈਏ ਤਾਂ 2 ਵੈਕੈਂਸੀਜ਼ ਆਈਆਂ ਹੈ, ਅਤੇ ਇਸ ਦੀ ਜੇ ਆਪਾਂ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੀ ਗੱਲ ਕਰ ਲਈਏ ਤਾਂ 2 ਸਾਲ ਦਾ ਫੁੱਲ ਟਾਈਮ MBA ਡਿਗਰੀ ਜਾਂ PG ਡਿਪਲੋਮਾ 60% ਦੇ ਵਿੱਚ ਤੁਹਾਡਾ ਹੋਣਾ ਚਾਹੀਦਾ ਹੈ, ਅਤੇ ਜਾਂ ਫਿਰ ਤੁਸੀਂ ਰੈਗੂਲਰ PSTCL ਜਾਂ PSPCL ਇੰਪਲੋਈ 2 ਜਾਂ 3 ਸਾਲ MBA ਡਿਗਰੀ ਦੇ ਨਾਲ ਹੋਣੇ ਚਾਹੀਦੇ ਹੋ 60% ਮਾਰਕਸ ਦੇ ਨਾਲ, ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਇਸ ਤੋਂ ਬਾਅਦ ਅਸਿਸਟੈਂਟ ਮੈਨੇਜਰ IT ਦੀ ਗੱਲ ਕਰ ਲਈਏ ਤਾਂ 1 ਵੈਕੈਂਸੀ ਆਈ ਹੈ, ਅਤੇ ਫੁੱਲ ਟਾਈਮ BE, BTEC ਜਾਂ BSc ਤੁਹਾਡੇ ਕੋਲ ਕੰਪਿਊਟਰ ਸਾਇੰਸ ਦੇ ਵਿੱਚ ਹੋਣੀ ਚਾਹੀਦੀ ਹੈ 60% ਮਾਰਕਸ ਦੇ ਨਾਲ, ਜਾਂ ਫਿਰ MCA ਜੇ ਤੁਸੀਂ ਕੀਤੀ ਹੈ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ, ਸ਼ਰਤੀ ਹੈ 60% ਮਾਰਕਸ ਤੁਹਾਡੇ ਹੋਣੇ ਚਾਹੀਦੇ ਹੈ।
ਅਤੇ ਨਾਲ ਹੀ ਫੁੱਲ ਟਾਈਮ ਰੈਗੂਲਰ ਮਾਸਟਰ ਡਿਗਰੀ ਜੇ ਤੁਸੀਂ ਕੀਤੀ ਹੈ ਆਈ ਟੀ ਦੇ ਵਿੱਚ 60% ਮਾਰਕਸ ਦੇ ਨਾਲ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਇਸ ਤੋਂ ਬਾਅਦ ਡਿਵੀਜ਼ਨਲ ਅਕਾਊਂਟੈਂਟ ਦੀਆਂ ਵੀ 10 ਵੈਕੈਂਸੀਜ਼ ਆਈਆਂ ਹੈ। ਇਹਦੇ ਵਿੱਚ ਬੀ ਕੌਮ 60% ਮਾਰਕਸ ਦੇ ਨਾਲ ਹੋਣੀ ਚਾਹੀਦੀ ਹੈ, ਜਾਂ ਫਿਰ ਐੱਮ ਕੌਮ 50% ਮਾਰਕਸ ਦੇ ਨਾਲ, ਜਾਂ ਫਿਰ ਸੀ ਏ ਇੰਟਰ ਜਾਂ CWA ਜਾਂ ਫਿਰ CMA ਹੋਣੀ ਚਾਹੀਦੀ ਹੈ। ਇਹ ਤੋਂ ਬਾਅਦ ਜੂਨੀਅਰ ਇੰਜੀਨੀਅਰ ਸਬਸਟੇਸ਼ਨ, ਸਭ ਤੋਂ ਇੰਪੋਰਟੈਂਟ ਜੂਨੀਅਰ ਇੰਜੀਨੀਅਰ ਸਬ ਸਟੇਸ਼ਨ ਦੀਆਂ ਵੈਕੈਂਸੀਜ਼ 200 ਵੈਕੈਂਸੀਜ਼ ਆਈਆਂ ਹੈ। ਇਹਦੇ ਵਿੱਚ ਇਲੈਕਟ੍ਰੀਕਲ ਜਾਂ ਇਲੈਕਟ੍ਰੋਨਿਕਸ ਇੰਜੀਨੀਅਰਿੰਗ, ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਦੇ ਵਿੱਚ ਤੁਹਾਡੇ ਕੋਲ 60% ਮਾਰਕਸ ਦੇ ਨਾਲ ਜਾਂ BE ਜਾਂ ਡਿਪਲੋਮਾ ਹੋਣਾ ਚਾਹੀਦਾ ਹੈ। ਚਾਹੇ ਤੁਸੀਂ 3 ਜਾਂ 4 ਸਾਲ ਦਾ ਡਿਪਲੋਮਾ ਕੀਤਾ ਹੈ, ਜਾਂ ਫਿਰ ਤੁਸੀਂ ਚਾਹੇ BE BTECH ਕੀਤੀ ਹੈ ਜਾਂ BSc ਕੀਤੀ ਹੈ ਇਲੈਕਟ੍ਰੀਕਲ ਦੇ ਵਿੱਚ 50% ਮਾਰਕਸ ਦੇ ਨਾਲ, ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਯਾਨੀ ਕਿ BE BTECH ਦੋਨੋਂ ਐਲੀਜੀਬਲ ਹਨ, ਅਤੇ ਜਾਂ AMIE ਜੇ ਤੁਸੀਂ ਕੀਤੀ ਹੈ ਇਲੈਕਟ੍ਰੀਕਲ ਜਾਂ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਦੇ ਵਿੱਚ 50% ਮਾਰਕਸ ਦੇ ਨਾਲ, ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਤਾਂ ਜੂਨੀਅਰ ਇੰਜੀਨੀਅਰ ਸਿਵਲ ਦੀਆਂ ਵੀ 15 ਵੈਕੈਂਸੀ ਆਈਆਂ, ਜਿਹਦੇ ਵਿੱਚ ਤੁਸੀਂ BE BTECH 50% ਮਾਰਕਸ ਸਿਵਲ ਦੇ ਵਿੱਚ, ਜਾਂ ਫਿਰ ਡਿਪਲੋਮਾ 60% ਮਾਰਕਸ ਦੇ ਨਾਲ ਤੁਹਾਡਾ ਹੋਣਾ ਚਾਹੀਦਾ ਹੈ। ਜੂਨੀਅਰ ਇੰਜੀਨੀਅਰ ਕਮਿਊਨੀਕੇਸ਼ਨ ਦੀਆਂ ਵੀ 11 ਵੈਕੈਂਸੀਜ਼ ਆਈਆਂ ਹੈ, ਉਹਦੇ ਵਿੱਚ ਵੀ ਤੁਹਾਡੇ ਕੋਲ ਸੇਮ ਐਜੂਕੇਸ਼ਨਲ ਕੁਆਲੀਫਿਕੇਸ਼ਨ ਡਿਪਲੋਮਾ ਡਿਗਰੀ ਦੋਨੋਂ ਐਲੀਜੀਬਲ ਹੈ। ਟੈਲੀਫੋਨ ਮਕੈਨਿਕ ਦੀਆਂ 15 ਵੈਕੈਂਸੀਜ਼, ਜਿਹਦੇ ਵਿੱਚ ਮੈਟ੍ਰਿਕ ਅਤੇ ITI 2 ਸਾਲ ਦਾ, ਰੇਡੀਓ ਮਕੈਨਿਕ ਅਤੇ ਵਾਇਰਲੈਸ ਮਕੈਨਿਕ ਦੇ ਟ੍ਰੇਡ ਵਿੱਚ ਕਰਾਫਟਮੈਨ ਕੋਰਸ ਜਿਹੜਾ ਹੈ ਤੁਹਾਡਾ ਉਹ ਮਾਨਤਾ ਪ੍ਰਾਪਤ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰ ਲਈਏ LDC ਦੀਆਂ, ਵੀ 140 ਵੈਕੈਂਸੀ ਆਈਆਂ। ਇਹਦੇ ਵਿੱਚ ਤੁਹਾਨੂੰ ਸਿਰਫ਼ ਅਤੇ ਸਿਰਫ ਗ੍ਰੈਜੂਏਸ਼ਨ ਚਾਹੀਦੀ ਹੈ 50% ਮਾਰਕਸ ਦੇ ਨਾਲ। ਕੋਈ ਵੀ ਗ੍ਰੈਜੂਏਸ਼ਨ ਦੀ ਡਿਗਰੀ ਹੋਵੇ 50% ਮਾਰਕਸ ਦੇ ਨਾਲ, ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਤਾਂ LDC ਅਕਾਊਂਟਸ ਦੀਆਂ ਵੀ 40 ਵੈਕੈਂਸੀ ਆਈਆਂ, ਇਹਦੇ ਵਿੱਚ ਵੀ ਸੇਮ ਐਜੂਕੇਸ਼ਨਲ ਕੁਆਲੀਫਿਕੇਸ਼ਨ ਜਿਹੜੀ ਹੈ ਉਹ ਹੈ। ਬਸ ਤੁਹਾਨੂੰ ਇਹਦੇ ਵਿੱਚ ਬੈਚਲਰ ਆਫ ਕਮਰਸ ਜਿਹੜੀ ਹੈ ਉਹ ਲਾਜ਼ਮੀ ਕਰ ਦਿੱਤੀ ਗਈ ਹੈ, ਕਿਉਂਕਿ ਅਕਾਊਂਟਸ ਦਾ LDC ਹੈ, ਤਾਂ ਤੁਹਾਨੂੰ ਕਮਰਸ ਦੇ ਵਿੱਚ ਹੀ ਬੈਚਲਰਸ ਜਿਹੜੀ ਹੈ ਉਹ ਚਾਹੀਦੀ ਹੈ, ਅਤੇ ਯਾਨੀ ਕਿ BCOM ਚਾਹੀਦੀ ਹੈ 50% ਮਾਰਕਸ ਦੇ ਨਾਲ। ਅਤੇ ਇਸ ਤੋਂ ਬਾਅਦ ਜੇ ਆਪਾਂ ਹੁਣ ਗੱਲ ਕਰ ਲਈਏ ਪਰਖ ਕਾਲ ਸਮਾਂ, ਯਾਨੀ ਕਿ ਪ੍ਰੋਬੇਸ਼ਨ ਪੀਰੀਅਡ ਤੁਹਾਡਾ 3 ਸਾਲ ਦਾ ਹੋਵੇਗਾ, ਉਹਦੇ ਵਿੱਚ ਤੁਹਾਨੂੰ DC ਰੇਟ ਵੀ ਮਿਲ ਸਕਦਾ ਹੈ, ਜਾਂ ਫਿਰ ਜਿਹੜੀ ਨਵੀਂ ਤਨਖਾਹ ਹੈ ਉਹ ਵੀ ਮਿਲ ਸਕਦੀ ਹੈ। ਉਹ ਹਲੇ ਮਹਿਕਮਾ ਡਿਸਾਈਡ ਕਰੇਗਾ, ਉਸ ਤੋਂ ਬਾਅਦ ਤਾਂ ਤੁਹਾਨੂੰ ਪੱਕਾ ਨਵਾਂ ਪੇ ਸਕੇਲ ਹੀ ਮਿਲਣ ਵਾਲਾ ਹੈ। ਨੌਲੇਜ ਆਫ ਪੰਜਾਬੀ ਪੰਜਾਬ ਦੇ ਵਿੱਚ ਕਿਸੇ ਵੀ ਪੇਪਰ ਦੇ ਲਈ ਤੁਹਾਨੂੰ ਜ਼ਰੂਰੀ ਹੈ। ਇਸ ਤੋਂ ਬਾਅਦ ਏਜ ਲਿਮਿਟ ਦੀ ਗੱਲ ਕਰ ਲਈਏ, ਤਾਂ ਏਜ ਲਿਮਿਟ ਤੁਹਾਡੀ ਜਿਹੜੀ ਹੈ ਉਹ AE ਇਲੈਕਟ੍ਰੀਕਲ ਅਤੇ AE OT ਸਿਵਲ ਅਤੇ ਅਕਾਊਂਟ ਆਫਿਸਰ ਅਸਿਸਟੈਂਟ ਮੈਨੇਜਰ HR ਅਸਿਸਟੈਂਟ ਮੈਨੇਜਰ IT ਦੇ ਲਈ 20 ਤੋਂ 37 ਸਾਲ ਰੱਖੀ ਗਈ ਹੈ। ਅਤੇ ਜੇ ਆਪਾਂ ਗੱਲ ਕਰ ਲਈਏ ਡਿਵੀਜ਼ਨਲ ਅਕਾਊਂਟੈਂਟ, ਜੂਨੀਅਰ ਇੰਜੀਨੀਅਰ ਸਬਸਟੇਸ਼ਨ, ਜੂਨੀਅਰ ਇੰਜੀਨੀਅਰ ਸਿਵਲ, ਜੂਨੀਅਰ ਇੰਜੀਨੀਅਰ ਕਮਿਊਨੀਕੇਸ਼ਨ, ਟੈਲੀਫੋਨ ਮਕੈਨਿਕ ਅਤੇ LDC ਟਾਈਪਿਸਟ ਅਤੇ LDC ਅਕਾਊਂਟ, ਤਾਂ 18 ਤੋਂ 37 ਸਾਲ ਏਜ ਲਿਮਿਟ ਜਿਹੜੀ ਹੈ ਉਹ ਰੱਖੀ ਗਈ ਹੈ। ਇਸ ਤੋਂ ਬਾਅਦ ਰਿਲੈਕਸੇਸ਼ਨ ਇਨ ਏਜ ਲਿਮਿਟ ਦੀ ਗੱਲ ਕਰ ਲਈਏ, ਤਾਂ SC ਅਤੇ ST ਦੇ ਬੈਕਵਰਡ ਕਲਾਸ ਲਈ 5 ਸਾਲ ਦੀ ਰਿਲੈਕਸੇਸ਼ਨ ਦਿੱਤੀ ਗਈ ਹੈ। ਐਕਸ ਸਰਵਿਸ ਮੈਨ ਦੇ ਲਈ ਵੀ ਏਜ ਰਿਲੈਕਸੇਸ਼ਨ ਹੈ, ਫਿਜ਼ੀਕਲੀ ਹੈਂਡੀਕੈਪ ਦੇ ਲਈ 10 ਸਾਲ ਦੀ ਏਜ ਰਿਲੈਕਸੇਸ਼ਨ ਹੈ। ਇਸ ਤੋਂ ਬਾਅਦ ਜੇ ਆਪਾਂ ਗੱਲ ਕਰ ਲਈਏ ਵਿਡੋਜ਼ ਦੀ, ਜਾਂ ਫਿਰ ਜਿਹੜੀਆਂ ਵੁਮੈਨ ਹੈ ਉਹ ਲੀਗਲੀ ਸੈਪਰੇਟਿਡ ਫਰੋਮ ਹਸਬੈਂਡਸ ਹੈ, ਤਾਂ ਉਹਨਾਂ ਦੀ ਏਜ ਲਿਮਿਟ ਜਿਹੜੀ ਹੈ ਉਹ 40 ਸਾਲ ਰੱਖੀ ਗਈ ਹੈ। ਇਸ ਤੋਂ ਬਾਅਦ ਜੇ ਆਪਾਂ ਗੱਲ ਕਰ ਲਈਏ ਕਿ ਰੈਜ਼ਰਵੇਸ਼ਨ, ਤੁਹਾਨੂੰ ਪੰਜਾਬ ਸਰਕਾਰ ਦੇ ਹਿਦਾਇਤਾਂ ਦੇ ਅਨੁਸਾਰ ਬਿਲਕੁਲ ਮਿਲੇਗੀ SC OBC ST ਕੈਟੇਗਰੀ EWS ਅਤੇ ਬਾਕੀ ਸਾਰੀ ਕੈਟੇਗਰੀਜ਼ ਨੂੰ। ਸਿਲੈਕਸ਼ਨ ਪ੍ਰੋਸੈਸ ਔਨਲਾਈਨ ਐਗਜ਼ਾਮ ਜਿਹੜਾ ਹੈ ਉਹ ਹੋਵੇਗਾ, ਕੰਪਿਊਟਰ ਬੇਸਡ ਔਨਲਾਈਨ ਟੈਸਟ ਹੋਵੇਗਾ ਤੁਹਾਡਾ, MCQ ਹੋਣਗੇ ਅਤੇ 100 ਕੁਐਸਚਨਸ ਹੋਣਗੇ ਓਬਜੈਕਟਿਵ ਟਾਈਪ, 1 ਮਾਰਕ ਦਾ 1 ਕੁਐਸਚਨ, ਅਤੇ ਨਾਲ ਹੀ ਨੈਗੇਟਿਵ ਮਾਰਕਿੰਗ ਵੀ 0.25 ਦੀ ਹੋਏਗੀ, ਅਤੇ 2 ਘੰਟੇ ਦਾ ਤੁਹਾਡਾ ਪੇਪਰ ਜਿਹੜਾ ਉਹ ਹੋਏਗਾ। ਅਤੇ ਇਸ ਤੋਂ ਬਹੁਤ ਵੱਡੀ ਅਪਡੇਟ ਮਿਲ ਰਹੀ ਹੈ ਕਿ PSTCL PPSC ਦੇ ਥਰੂ ਪੇਪਰ ਨਹੀਂ ਲੈ ਰਿਹਾ। PSTCL ਜਿਹੜਾ ਹੈ ਉਹ ਆਪਣਾ ਪੇਪਰ ਕੰਡਕਟ ਕਰਾਏਗਾ, JE ਦਾ ਵੀ ਅਤੇ AE ਦਾ ਵੀ। ਅਤੇ ਹੁਣ ਜੇ ਆਪਾਂ ਗੱਲ ਕਰ ਲਈਏ ਕਿ ਪੇਪਰ ਦੇ ਵਿੱਚ ਆਏਗਾ ਕੀ, ਤਾਂ ਐਜ਼ ਪਰ ਐਜੂਕੇਸ਼ਨਲ ਕੁਆਲੀਫਿਕੇਸ਼ਨ ਸਬਜੈਕਟ, ਯਾਨੀ ਕਿ ਜੇ ਤੁਸੀਂ AE ਦਾ ਪੇਪਰ ਭਰ ਰਹੇ ਹੋ ਤਾਂ ਇਲੈਕਟ੍ਰੀਕਲ ਇੰਜੀਨੀਅਰਿੰਗ, JE ਦਾ ਪੇਪਰ ਭਰ ਰਹੇ ਹੋ ਤਾਂ ਵੀ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਰਿਗਾਰਡਿੰਗ ਪੇਪਰ ਤੁਹਾਡਾ 60 ਮਾਰਕਸ ਦਾ ਹੋਏਗਾ 100 ਚੋਂ, ਅਤੇ ਜਨਰਲ ਨੌਲੇਜ ਰੀਜ਼ਨਿੰਗ ਅਤੇ ਇੰਗਲਿਸ਼ ਦਾ 40 ਨੰਬਰ ਦਾ, ਅਤੇ ਇੰਗਲਿਸ਼ ਮੀਡੀਅਮ ਦਾ ਜਿਹੜਾ ਹੈ ਉਹ ਪੇਪਰ ਹੋਏਗਾ। ਯਾਨੀ ਕਿ ਟੈਕਨੀਕਲ ਤੁਹਾਨੂੰ 60 ਨੰਬਰ ਦਾ ਆਏਗਾ ਅਤੇ ਨੋਨ ਟੈਕਨੀਕਲ 40 ਨੰਬਰ ਦਾ ਤੁਹਾਡਾ ਜਿਹੜਾ ਹੈ ਉਹ ਹੋਏਗਾ।
ਅਤੇ ਤੁਹਾਨੂੰ ਬਾਕੀ ਐਗਜ਼ਾਮ ਦਾ ਪੈਟਰਨ ਮੈਂ ਦੱਸ ਹੀ ਦਿੱਤਾ ਹੈ। ਮਿਨੀਮਮ ਕੁਆਲੀਫਾਈਂਗ ਮਾਰਕਸ ਜਿਹੜੀਆਂ ਜਨਰਲ ਕੈਟੇਗਰੀ ਲਈ 50% ਅਤੇ ਰਿਜ਼ਰਵ ਦੇ ਲਈ 40% ਰੱਖੇ ਗਏ ਹੈ। ਇਸ ਤੋਂ ਬਾਅਦ ਜੇ ਆਪਾਂ ਗੱਲ ਕਰ ਲਈਏ ਟੈਂਟੇਟਿਵ ਡੇਟ ਦੀ, ਤਾਂ ਔਨਲਾਈਨ ਐਗਜ਼ਾਮ ਜੂਨ ਜਾਂ ਜੁਲਾਈ ਦੇ ਵਿੱਚ ਸ਼ਡਿਊਲ ਕੀਤਾ ਗਿਆ ਹੈ ਟੈਂਟੇਟਿਵਲੀ, ਅਤੇ ਇਹ ਸਾਫ਼ ਸਾਫ਼ ਦਿਖ ਰਿਹਾ ਹੈ ਕਿ 15 ਅਗਸਤ ਦੇ ਵੱਡੇ ਫੰਕਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਜਲਦੀ ਜਲਦੀ ਪੇਪਰ ਕੰਡਕਟ ਹੋਏਗਾ, ਤਾਂ ਕਿ 15 ਅਗਸਤ ਨੂੰ CM ਸਾਹਿਬ ਜਿਹੜੇ ਹੈ ਉਹ ਜੁਆਇਨਿੰਗ ਲੈਟਰ ਸਾਰਿਆਂ ਨੂੰ ਵੰਡ ਸਕਣ। ਅਤੇ ਅਪਲਾਈ ਕਿਵੇਂ ਕਰਨਾ ਹੈ, ਤੁਸੀਂ www.pstcl.org 'ਤੇ ਜਾ ਕੇ ਰਿਕਰੂਟਮੈਂਟ ਸੈਕਸ਼ਨ 'ਤੇ ਜਾ ਕੇ ਆਪਣਾ ਜਿਹੜਾ ਕੋਈ ਵੀ ਜਿਹੜੀ ਵੀ ਤੁਸੀਂ ਰਿਕਰੂਟਮੈਂਟ ਫਿੱਲ ਕਰਨਾ ਚਾਹੁੰਦੇ ਹੋ ਉਹਦਾ ਫੋਰਮ ਦੇ ਅੱਗੇ ਅਪਲਾਈ ਨਾ ਉੱਥੇ ਕਲਿੱਕ ਕਰਕੇ ਸਾਰੀਆਂ ਡਿਟੇਲਸ ਫਿੱਲ ਕਰਕੇ ਫੀਸ ਜਿਹੜੀ ਉਹ ਸਬਮਿਟ ਕਰ ਦਿਉ ਅਤੇ ਤੁਹਾਡਾ ਅਪਲਾਈ ਹੋ ਜਾਏਗਾ। ਫੀਸ ਦੀ ਗੱਲ ਕਰ ਲਈਏ ਤਾਂ ਫੀਸ ਤੁਹਾਡੀ ਜਿਹੜੀ ਹੈ EWS SC ਅਤੇ ਪਰਸਨ ਵਿਦ ਡਿਸੇਬਿਲਟੀ ਨੂੰ ਛੱਡ ਕੇ ਬਾਕੀ ਸਾਰੀਆਂ ਕੈਟਾਗਰੀਜ਼ ਦੀ 1200 ਰੁਪਏ ਰੱਖੀ ਗਈ ਹੈ, ਅਤੇ ਜੇ GST ਵੀ ਵਿੱਚ ਪਾ ਲਈਏ ਤਾਂ 1416 ਰੁਪਏ ਤੁਹਾਡੀ ਫੀਸ ਜਿਹੜੀ ਹੈ ਉਹ ਬਣ ਜਾਏਗੀ। SC ਕੈਟਾਗਰੀ ਦੇ ਲਈ 566 ਰੁਪਏ, PWD ਕੈਂਡੀਡੇਟਸ ਦੇ ਲਈ 708 ਰੁਪਏ, ਅਤੇ EWS ਕੈਟੇਗਰੀ ਲਈ 566 ਰੁਪਏ ਜਿਹੜੀ ਫੀਸ ਹੈ ਉਹ ਰੱਖੀ ਗਈ ਹੈ। ਨਾਲ ਹੀ ਸਾਡੀ ਮੋਬਾਈਲ ਐਪਲੀਕੇਸ਼ਨ ਜ਼ਰੂਰ ਡਾਊਨਲੋਡ ਕਰ ਲਓ, ਕਿਉਂਕਿ ਇਹਦੇ ਵਿੱਚ ਤੁਹਾਨੂੰ ਸਾਰੇ ਪ੍ਰੀਵੀਅਸ ਈਅਰ ਪੇਪਰਸ ਮਿਲ ਜਾਣਗੇ ਫ੍ਰੀ ਆਫ ਕੋਸਟ, ਚਾਹੇ ਸਟੇਟ ਲੈਵਲ ਦੇ ਚਾਹੇ ਸੈਂਟਰ ਲੈਵਲ ਦੇ, ਅਤੇ ਨਾਲ ਹੀ ਕੋਰਸਿਸ ਵੀ ਮਿਲ ਜਾਣਗੇ ਇਹਦੇ ਵਿੱਚ ਸਾਰੇ ਤੁਹਾਨੂੰ ਕੋਈ ਵੀ ਐਗਜ਼ਾਮ ਹੋਏ। ਇਹ ਸਾਡੀ CIZ+C ਐਪ 'ਤੇ ਕੋਰਸ ਜਿਹੜਾ ਹੈ ਉਹ ਅਵੇਲੇਬਲ ਹੋਏਗਾ। ਇਸ ਦੇ ਨਾਲ ਹੀ ਟੈਸਟ ਸੀਰੀਜ਼ ਵੀ ਤੁਹਾਨੂੰ ਫ੍ਰੀ ਅਤੇ ਪੇਡ ਦੋਨੋਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਇਹਦੇ ਵਿੱਚ ਐਪ ਦੇ ਵਿੱਚ। ਹੋਰ ਵੀ ਸਟੱਡੀ ਮਟੀਰੀਅਲ ਦੇ ਨਾਲ ਨਾਲ ਅਪਡੇਟਸ ਇਹਦੇ ਵਿੱਚ ਮਿਲਦੇ ਰਹਿੰਦੇ ਹਨ, ਡਾਊਨਲੋਡ ਕਰ ਲਓ, ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈ। ਨਾਲ ਹੀ ਟੈਲੀਗ੍ਰਾਮ ਚੈਨਲ ਜੁਆਇਨ ਕਰ ਲਓ, ਵਟਸਐਪ ਜੁਆਇਨ ਕਰ ਲਓ, ਦੋਨਾਂ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈ। ਉੱਥੇ ਹੀ ਮੈਂ ਤੁਹਾਨੂੰ ਸਟੱਡੀ ਮਟੀਰੀਅਲ ਦੇ ਨਾਲ ਨਾਲ ਸਾਰੀਆਂ ਅਪਡੇਟਸ ਰੈਗੂਲਰ ਦਿੰਦਾ ਰਹਿੰਦਾ ਹਾਂ। ਤਾਂ ਮੈਂ ਮਿਲਦਾ ਤੁਹਾਨੂੰ ਅਗਲੀ ਵਾਰ, ਤਦ ਤੱਕ ਦੇ ਲਈ ਅਲਵਿਦਾ, ਥੈਂਕ ਯੂ।